ਭਾਈ ਮੰਗੋ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ দান ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਆ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਹੈ ਮਹਾਰਾਜ ਆਸਕੇ ਕਹਿੰਦੇ ਨਹੀਂ ਪਰਮਾਰਥ ਚੇ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕ ਲੈ ਕੇ ਹੁੰਦਾ ਵੇਚ ਕੇ ਨਿੱਕੇ ਜਿਹੇ ਕਪੜੇ ਚ ਬੰਨ ਕੇ ਲੈ ਜਾਂਦਾ ਮਿਹਨਤੋਂ ਦੀ ਯਾਦਾ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲੈ ਜਾਂਦਾ ਟਾਂਡੇਦਰ ਚ ਵੀ ਗੱਡਾ ਖੱਜਰਾ ਘੋੜੇ ਭਰ ਕੇ ਲੈ ਜਾਂਦਾ ਪਰ ਜਿਹੜੀਆਂ ਖੱਜਰਾ ਲੱਦ ਕੇ ਜਾਂਦੀਆਂ ਨੇ ਹੁੰਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਨੇ ਜ਼ਿਮੀਦਾਰ ਜਿਹਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਹੈ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਹੈ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤੋਂ ਨਹੀਂ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਹੈ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਖੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਆ ਭਾਈ ਸਜਣੋ ਖੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨਹੀਂ ਕਰੋ ਦੁਕਾਨ ਬੰਦ ਨੂੰ 10 ਪੁੱਛਤਾਂ ਬੈ ਕੇ ਖਾਈ ਜੋ ਕੋਈ ਨਹੀਂ ਮਹਾਰਾਜ ਕਿ ਨਹੀਂ ਖੀਰੇ ਵਾਲੇ ਦੀ ਮਿਹਨਤ ਕੀ ਹੁਣ ਖੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨਹੀਂ ਨਿੱਕਾ ਜਾਂ ਕੱਚ ਵੇਚ ਗਿਆ ਤੂੰ ਮੇਰੇ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਢੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀ ਰਿਆਂ ਦਾ ਬਣ ਕੇ ਆਉਂਦਾ ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਹੁਣੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਕਾ ਮਾਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸਹਿ ਕਾ ਇਕ ਤਿਲ ਨਾ ਘਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ ਇੱਥੇ ਤਿਲ ਜਿਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ بس ਇਸ ਨੁਕਤੇ ਨੂੰ ਸੁਣੀਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿਨੇ ਆ ਜੀ ਸੰਗਤ ਨਹੀਂ ਯਾਦੀ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰमुखी ਵਿਖਾਵੇਦਾ ਹੈ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਬਸਿਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ দান ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ ਵਿਸ਼ੇਸ਼ ਕਰਕੇ ਵੀ ਆ ਦਿਨ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ 베ਦ ਪੁਰਾਨ ਹਿੰਦੂਇਸਮ ਦੇ ਗ੍ਰੰਥ ਪੂਰਬ ਦੇ ਗ੍ਰੰਥ ਕਾਂ ਜਿਸ ਦੇ ਚਾਰ ਵੇਦ 18 ਪੁਰਾਨ ਕਤੇਬ ਕੁਰਾਨ ਚਾਰ ਕਿਤਾਬਾ ਤੁਰੇਤ ਜੰਬੂਰ ਅੰਜੀਲ ਇਹ ਜਿਹੜੇ ਸੀ ਪੜਨੇ ਆ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯੂ ਯੂਦੀ ਮਤ 올ਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹ ਇਹੋ ਕਿਤਾਬਾ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਜ ਕਹਿੰਦੇ 베ਦ ਪੁਰਾਨ ਚਾਰੇ 베ਦ 18 ਪੁਰਾਨ ਕਿਤੇਬ ਕੁਰਾਨ ਕਿਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਬਜ਼ੀ ਅਰਥ ਆਕਾਸ਼ ਵੀ ਹੈ ਕੁਝ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਹੈ ਜ਼ਬਾਨੀ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜੀ ਜਾ ਰਿਹਾ ਹੈ ਬੇਦ ਪੁਰਾਨ ਕਿਤਾਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਵਨਾ ਨੇ ਸਾਰਿਆਂ ਦੇ ਸਭ ਨੇ ਦੇਖੇ ਕੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰਾ ਕੋਖਿਆ ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦੇ ਆ ਮਨ ਚ ਆਵੇਗਾ ਵੀ ਪਾਠ ਪੜਨ ਦੀ ਗਲਤ ਆ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਉਚਾਰ ਮਹਾਰਾਜ ਨੇ ਦੇਖੋ ਬਾਣੀ ਚ ਸੀ ਮੇਰਾ ਖਿਆਲ ਇਹ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ ਲਿਆ ਪਰ ਨਾਲ ਖੌਮੇ ਦੀ ਤਹਿ ਫਿਰ ਜਾ ਮੰਗੀ ਮੈਂ ਤਾਂ ਐਡਾ ਵੱਡਾ ਪਾਠੀ ਐ ਤੇ ਕਦੀ ਪਾਰਟੀ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੀ ਆਰਜਾ ਪੜੀਆਂ ਜੀਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹ ਰਿਹਾ ਨਾਨਕ ਲੇਖ ਹੈ ਇੱਕ ਗੱਲ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ ਰਿਹਾ ਹੈ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੇ ਚਖਣਾ ਚਾਖ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਪਾਠ ਪੜਿਓ ਅਰ ਵੇਦ ਵਿਚਾਰਿਓ ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਸੱਚ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖ ਕੇ ਉਹਨਾਂ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪੰਜ ਪੜਿਓ ਅਰ ਬੇਦ ਵਿਚਾਰਿਓ ਨੇਵਲ ਪੋਇ ਹੰਗਮ ਸਾਦੇ ਪੰਜ ਜਨਾ ਸੋ ਸੰਗ ਨਾ ਚੁੜਕਿਓ ਅਧਿਕ ਆਹੰਗ ਬੁੱਧ ਬਾਂਦੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ Swami ਕੇ ਦਵਾਰ ਹੈ DJ ਬੁੱਧ ਵਿਵੇਕਾਂ ਤੇ ਪੁਰਾਨ ਪੜੇ ਕਾ ਕੀ ਗੁਣ ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ ਬੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰ ਕੀ ਪੜਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੋ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਨੂੰ ਗੁਰਬਾਣੀ ਦੇ ਸਮਝ ਪੈ ਜਾ ਜਿਹੜੇ ਆਪਾਂ ਵੀ ਝਗੜਿਆਂ 'ਚ ਪਏ ਹਨ ਹਾਲਤ ਸਾਡੀ ਵੀ ਹੋਈ ਹੈ ਕਹਿੰਦੇ ਨੇ ਇਹਨੇ ਸਾਰੇ ਬੇਦ ਚੇਤੇ ਨੇ ਇਹ ਇਹਦੀ ਖੋਪੜੀ 'ਚ ਇੰਨਾ ਕੋ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ 'ਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਤਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨਹੀਂ ਜਿਹੜਾ ਮੇਰੇ ਪਿੱਠ ਤੇ ਵੇ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮਖੋ ਉਹਦੀ ਕੀਮਤ ਦੀ ਸਾਰ ਨਹੀਂ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਾ ਕਾ ਗੁਣ ਖਰ ਚੰਦਨ ਜਸਪਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਵੇਦਾਂ ਮੈਂ ਨਾਮ ਉਤਮ ਸੋ ਸੁਣਾ ਨਹੀਂ ਫਿਰਾਂ ਜਿਉ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਇਹਨੇ ਬਸ ਤੂੰ ਕਾ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ ਮਹਾਰਾਜ ਭਾਈ ਸਾਹਿਬ ਨੇ ਕਿਹਾ ਬੇਦ ਕਿਤੇ ਭੁਲਾਏ ਖੈ ਮੋਹੇ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੋਲਾ ਨੇ ਉਸ ਕਨਸੈਪਟ 'ਚ ਇਹ ਗੱਲ ਕਹੀ ਗਈ ਬੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੀਖ ਹੈ ਹਰ ਚੀਜ਼ ਦੇਖੀਏ ਪਰ ਮਹਾਰਾਜ ਅੱਗੇ ਬਚਨ ਕਰ ਰਿਹਾ ਪੌਣ ਆਹਾਰ ਪੌਣ ਅਹਵਾਜੀ ਆਹਾਰ ਦਰਥ ਆਪਾਂ ਸਾਰੇ ਜਾਣਿਆ ਖੁਰਾਕ ਭੋਜਨ ਕਈ ਐਸੇ ਨੇ ਜਿਹੜੇ ਸੂਕਸ਼ਮ ਹੋ ਜਾਂਦੇ ਨੇ ਰੋਟੀ ਨਹੀਂ ਖਾਂਦੇ ਉਹ ਪੌਣ ਨੂੰ ਆਹਾਰ ਬਣਾਉਂਦੇ ਨੇ ਮਹਾਰਾਜ ਕਹਿੰਦੇ ਮੈਂ ਇਹ ਵੀ ਦੇਖੇ ਜੀ ਪੌਣ ਆਹਾਰੀ ਜਤੀ ਜਤ ਤਾਰ ਜਿਹੜੇ ਜਮੰਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ ਮਹਾਰਾਜ ਕਿਦਨੇ ਪੌਣ ਆਹਾਰ ਜਤੀ ਜਤਤਾਰ ਸਭ ਸੋ ਵਿਚਾਰ ਸਭ ਅਦਰ ਤੇ ਸਾਰੇ ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ ਜੇ ਥੋੜਾ ਜਿਹਾ ਵੇਖ ਲੀਏ ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸੰਸਮਾਜ ਚ ਮਹਾਰਾਜ ਕਿਦਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ ਜਤ ਨੂੰ ਧਾਰਨ ਕਰਨ ਵਾਲੇ ਸਭ ਸੋ ਵਿਚਾਰ ਹਜ਼ਾਰਕ ਹਜ਼ਾਰਕ ਹਜ਼ਾਰਾਂ ਨੂੰ ਇਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ ਹਜ਼ਾਰਾਂ ਜਤੀ ਦੇਖੇ ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ ਸਵੇਂ ਸੋ ਵਿਚਾਰ ਹਜ਼ਾਰ ਕਹਿ ਦੇਖੇ ਹਜ਼ਾਰਾਂ ਦੇਖੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਨ ਹੈ ਨਾ ਦਇਆ ਕਰਨੀ ਦਮ ਰੱਖਣਾ ਦਮਨ ਕਰਨਾ ਸੰਜਮ ਰੱਖਣਾ ਕਰਨ ਬੜੇ ਔਖੇ ਨੇ ਸੱਚੇ ਪਾਤਸ਼ਾਹ ਕਿਤਾਬਾਂ ਪੜਨੀਆਂ ਗ੍ਰੰਥ ਪੜਨੇ ਬੜੀ એનર્ਜੀ ਲੱਗਦੀ ਤੁਸੀਂ ਇਹ ਵੀ ਕਹਿ ਦਿੱਤਾ ਪੌਣਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਬ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ ਮਹਾਰਾਜ ਜਿਨ੍ਹਾਂ ਨੇ ਗ੍ਰਸਤ ਵੀ ਨਿਧਾਰਨ ਕੀਤਾ ਆਪਣੇ ਆਪ ਨੂੰ ਰੋਕ ਕੇ ਰੱਖਿਆ ਪੌਣ ਆਹਾਰ ਜਤੀ ਜਤ ਤਾਰ ਸਭੇ ਸੋ ਵਿਚਾਰ ਹਜ਼ਾਰ ਕ ਦੇਖੇ ਹਜ਼ਾਰਾ ਮਹਾਰਾਜ ਕਹਿੰਦੇ ਮੈਂ ਦੇਖੇ ਜੀ ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹਨਾ ਸ੍ਰੀ ਭਗਵਾਨ ਭਜੇ ਬਿਨੂ ਪੂਪਤ দান ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ ਵਿਖਾਵੇ ਦਾ ਤੀਰਥ ਨਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ ਮਨਵਾ ਕਾਬੂਚ ਨਹੀਂ ਮਹਾਰਾਜ ਕਿੰਨੇ ਬਾਹਰ ਮੁਕੀ ਪਾਠ ਕਰਦਾ ਪਾਠ ਜ਼ਬਾਨ ਕਰਦੀ ਮਨ ਪਤਾ ਨਹੀਂ ਕੀ ਪੜੀ ਜਾਂਦਾ ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ ਇਹ ਖੰਡਨ ਦੀ ਗੱਲ ਥੋੜਾ ਜੀ ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਿਆ ਸਹੀ ਰਸਤਾ ਦੱਸ ਰਿਹਾ ਸਤਗੁਰੂ ਕਹਿੰਦੇ ਨੇ ਸ੍ਰੀ ਭਗਵਾਨ ਭਜੇ ਬਿਨੂਪਤ ਸ੍ਰੀ ਭਗਵਾਨ ਪਰਮਾਤਮਾ ਵੈ ਗੁਰੂ ਜੀ ਸਭ ਦਾ ਸ਼੍ਰੋਮਣੀ ਮਾਇਆ ਦਾ ਵੀ ਪਤੀ ਇਹ ਤੇ ਭੂਪਤ ਦਾ ਅਰਥ ਦਾਸ ਨੇ ਵਹਿਗੁਰੂ ਮਾਲਕ ਕੀਤਾ ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਨ ਤਪ ਕਰ ਰਹੇ ਆ ਗੁਰੂ ਸਾਹਿਬ ਕਹਿੰਦੇ ਨੇ ਸ੍ਰੀ ਭਗਵਾਨ ਭਜੇ ਬਿਨ ਭੂਪਤ ਉਸ ਮਾਲਕ ਵਹਿਗੁਰੂ ਦੇ ਸਿਮਰਨ ਤੋਂ ਬਿਨਾਂ ਉਹਦੇ ਭਜਨ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ ਇੱਕ ਵਿੱਚ ਰਤੇ ਤੋਂ ਬਿਨਾਂ ਰਤੀ ਨਹੀਂ ਸਿਮਰਨ ਰਤੇ ਜਾਣਾ ਇਕ ਰਤੀ ਬਿਨ ਇਕ ਸਿਮਰਨ ਵਿੱਚ ਰੰਗਣ ਤੋਂ ਬਿਨਾ ਇਕ ਨਾ ਲਿਖੈ ਇਕ ਨਾ ਲਿਖੈ ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਤ ਨਾਨ ਦਇਆ ਦਮਦਾਨ ਇਕ ਨਾ ਲਿਖੈ ਸੋ ਸੰਜਮ ਨੇਮ ਅਨੇਕ ਵਿਸ਼ੇਖੈ ਇਕ ਨਾ ਲਿਖੈ ਇਸਨਾਰਥ ਹੋਣਗੇ ਇਹਦੇ ਇਹਨਾਂ ਵਿੱਚੋਂ ਇੱਕ ਵੀ ਲਿਖੇ ਚ ਨਹੀਂ ਬੇਤ ਪੁਰਾਨ ਕਿਤਾਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਇਕ ਨਾ ਲਿਖੈ ਸਿਮਰਨ ਤੋਂ ਬਿਨਾ ਇੱਕ ਵੀ ਲਿਖੇ ਚ ਨਹੀਂ ਕੋਨ ਆਹਾਰ ਜਤੇ ਜਤੇ ਜਤਾਰ ਸਭ ਐਸੋ ਵਿਚਾਰ ਹਜ਼ਾਰ ਕਾ ਦੇਖੇ ਪਰ ਇੱਕ ਨਾ ਲਿਖੇ ਇਸ ਤਰ੍ਹਾਂ ਸਾਰੇ ਸਵਈਏ ਦੇਉਣਗੇ ਇਨ੍ਹਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾ ਬੰਦਗੀ ਤੋਂ ਬਿਨਾ ਨਾਮ ਤੋਂ ਬਿਨਾ ਕੋਜ ਲਿਖੇ ਚ ਕੀ ਪਾਏਗਾ ਤੇਰੇ ਹਜ਼ੂਰ ਸੱਚੇ ਬਾਦਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹੈ ਜਉਂਦਾ ਅਗ ਵੀ ਸਾੜਦਾ ਧੂਨੀਆਂ ਚ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹੈ ਕਾਇਆ ਕਲਪ ਕੀਜੈ ਕਲਪ ਚਰ ਜੀਵੀ ਰੱਖਣ ਲਈ ਦਵਾਈਆਂ ਖਾਣੀਆਂ ਜੜੀਆਂ ਬੂਟੀਆਂ ਜੋਗਮਤ ਵਾਲੀਆਂ ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ ਆਜੇ ਇਸ ਸਵਈਏ ਦੇ ਅਰਥ ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ ਅਸਮੇਦ ਜਗ ਅਸਮੇਦ ਜਗ ਕੀ ਜਾ ਸੋਨਾ ਗਰਭदान ਦੀ ਜਾ ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ ਚੀਰ ਕੇ ਵਿੱਚ ਸੋਨਾ ਭਰ ਦਿੱਤਾ ਉਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ ਬਨਾਰਸੀ ਤੀ ਤਪ ਕਰੈ ਉਲਤ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਦ ਜਾ ਕੀਜੈ ਸੋਨਾ ਗਰਬ ਦਾਨ ਦੀਜੈ RAM ਨਾਮ ਸਰ ਤਉ ਨ ਪੂਜੈ ਸ੍ਰੀ ਭਗਵਾਨ ਭਜੇ ਬਿਨ ਪੂਪਤ RAM ਨਾਮ ਸਰ ਤਉ ਨ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨ ਕੀਜੈ ਖਰ ਕਾ ਨਾਮ ਨਿਤੈ ਨਿਤ ਦੀਜੈ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰਾ ਨਾਈਏ ਗੋਮਤੀ ਸਾਇਸ ਗਊ ਦਾਨ ਕੀਜੈ ਹਜ਼ਾਰਾਂ ਗਾਵਾਂ ਦਾ ਦਾਨ ਕਰ ਦੇ ਤੂੰ ਗੋਮਤੀ ਦੇ ਕੰਢੇ ਇਹ ਵੀ ਨਦੀ ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕੰਚਨ ਦੀਜੈ RAM ਨਾਮ ਸਰਤਉ ਨ ਪੂਜੈ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀਜੈ ਘੋੜਿਆਂ ਦਾ ਦਾਨ ਕਰ ਗਵਾਂ ਦਾ ਦਾਨ ਕਰ ਇਸਤਰੀ ਦਾ ਦਾਨ ਕਰ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ